ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਪਾਰੀ ਨੂੰ ਉਤਾਰਨਾ। ਪਰਮ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਕਲਯੁੱਗੀ ਜੀਵਾਂ ਨੂੰ ਉਤਾਰਦੇ ਹੋਏ ਭਾਈ ਬਾਲੇ ਅਤੇ ਮਰਦਾਨੇ ਸਮੇਤ ਰਸਤੇ ਵਿੱਚ ਤੁਰੇ ਜਾ ਰਹੇ ਸਨ ਤਾਂ ਰਸਤੇ ਵਿੱਚੋਂ ਅੱਗੋਂ ਆ ਰਿਹਾ ਇੱਕ ਵਪਾਰੀ ਮਿਲਿਆ, ਜੋ ਮੋਢੇ ਉੱਪਰ ਡਿੱਗੀ ਗਠੜੀ ਚੁੱਕ ਕੇ ਪਿੰਡਾਂ ਵਿੱਚ ਜਾ ਕੇ ਸੌਦਾ ਵੇਚ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਸਾਧੂ ਜਾਣ ਕਰਕੇ ਮਸਤਕ ਝੁਕਾਇਆ। ਹਜ਼ੂਰ ਨੇ ਪੁੱਛਿਆ, ਭਾਈ ਗਠੜੀ ਵਿੱਚ ਕੀ ਹੈ, ਖੋਲ੍ਹ ਕੇ ਵਿਖਾ। ਤਾਂ ਉਸਨੇ ਗਠੜੀ ਖੋਲ੍ਹੀ, ਦੱਸਣ ਲੱਗਾ, ਜੀ ਇਹ ਲੂਣ ਹੈ, ਇਹ ਹਲਦੀ ਹੈ, ਮਿਰਚਾਂ ਹਨ। ਵਪਾਰੀ ਨੂੰ ਪਾਤਸ਼ਾਹ ਜੀ ਨੇ ਗਠੜੀ ਵਿੱਚ ਪਏ ਵੱਟਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ, ਇਹ ਕੀ ਹੈ? ਤਾਂ ਉਸਨੇ ਦੱਸਿਆ, ਜੀ ਕਿ ਇਹ ਵੱਟੇ ਹਨ ਭਾਰ ਤੋਲਣ ਵਾਸਤੇ। ਪਹਿਲਾ ਵੱਟਾ ਗੁਰੂ ਨਾਨਕ ਸਾਹਿਬ ਜੀ ਨੇ ਕੱਢਿਆ। ਸਤਿਗੁਰੂ ਜੀ ਕਹਿੰਦੇ ਹਨ, ਇਸਦਾ ਕੀ ਨਾਮ ਹੈ? ਵਪਾਰੀ ਨੇ ਕਿਹਾ, ਇੱਕ ਸੇਰ। ਗੁਰੂ ਨਾਨਕ ਸਾਹਿਬ ਜੀ ਨੇ ਦੂਜਾ ਵੱਟਾ ਕੱਢਿਆ। ਸਤਿਗੁਰੂ ਜੀ ਕਹਿੰਦੇ, ਇਸਦਾ ਕੀ ਨਾਮ ਹੈ? ਵਪਾਰੀ ਕਹਿੰਦਾ, ਦੋ ਸੇਰ। ਗੁਰੂ ਨਾਨਕ ਸਾਹਿਬ ਜੀ ਨੇ ਤੀਜਾ ਵੱਟਾ ਕੱਢਿਆ ਅਤੇ ਇਸਦਾ ਕੀ ਨਾਮ ਹੈ? ਵਪਾਰੀ ਕਹਿੰਦਾ, ਜੀ ਇਹ ਪੰਜ ਸੇਰ ਦਾ ਵੱਟਾ ਹੈ। ਚੌਥਾ ਵੱਟਾ ਕੱਢਿਆ, ਕਹਿੰਦਾ ਇਹ ਅੱਧਾ ਸੇਰ ਹੈ। ਅਖੀਰ ਵੱਟਾ ਕੱਢਿਆ, ਗੁਰੂ ਜੀ ਕਹਿੰਦੇ, ਇਸਦਾ ਕੀ ਨਾਮ ਹੈ? ਕਹਿੰਦਾ, ਇਸਦਾ ਨਾਮ ਪਾਈਆ ਹੈ। ਹਜ਼ੂਰ ਨੇ ਕਿਹਾ, ਧੰਨ ਇਹ ਪਾਓ ਜਿਨ ਆਪਣਾ ਅਲੱਗ ਨਾਮ ਰਖਾਓ। ਅਸੀਂ ਤਾਂ ਭਾਈ ਇਹ ਛੋਟਾ ਹੀ ਸਤਿਕਾਰਯੋਗ ਜਾਣਿਆ ਹੈ ਜਿਸ ਨੇ ਆਪਣਾ ਨਾਮ ਛੋਟਾ ਰਖਾਇਆ ਹੈ। ਇਸ ਕਰਕੇ ਭਾਈ ਤੂੰ ਵੀ ਪਾਈਆ ਬਣ ਜਾ, ਭਾਵ ਚਰਨਾਂ ਦੀ ਧੂੜੀ ਬਣ ਜਾ, ਤੇਰੀ ਕਿਰਤ ਸ਼ੁੱਧ ਹੋਏਗੀ ਜਿਸ ਕਰਕੇ ਸਾਡਾ ਤੇਰੇ ਨਾਲ ਮੇਲ ਹੋਇਆ ਹੈ। ਬਸ ਇੱਕ ਘਾਟ ਹੈ, ਤੈਨੂੰ ਸ਼ੁੱਧ ਕਿਰਤ ਕਰਨ ਦੀ ਹੋਮੇ ਬੜੀ ਹੈ, ਹੋਮੇ ਨਾਲ ਗਤੀ ਨਹੀਂ ਹੁੰਦੀ, ਕੀਤਾ ਡੁੱਲ ਜਾਂਦਾ ਹੈ। ਇਸ ਕਰਕੇ ਤੂੰ ਪਾਈਆ ਭਾਵ ਪੈਰਾਂ ਦੀ ਧੂੜੀ ਬਣ ਜਾ, ਨਿਮਰਤਾ ਰੱਖ। ਇਹ ਬਚਨ ਕਹਿੰਦਿਆਂ ਵਪਾਰੀ 'ਤੇ ਐਸੀ ਦ੍ਰਿਸ਼ਟੀ ਪਾਈ, ਉਸ ਨੂੰ ਨਦਰੋ ਨਦਰੀ ਨਿਹਾਲ ਕਰ ਦਿੱਤਾ। ਤਤ ਛਿਨ ਖੁੱਲ੍ਹੇਂਗੇ ਵਿਕਟ ਕਪਾਟਾ, ਅਦਭੁਤ ਪਇਓ ਆਪਰ ਹੀ ਥਾਟਾ, ਜਗਿਓ ਗਿਆਨ ਦੁਬਧਾ ਸਭ ਖੋਈ, ਤੀਨ ਲੋਕ ਕੀ ਸੋਝੀ ਉਰ ਹੋਈ। ਭਾਈ ਬਾਲੇ ਨੇ ਪੁੱਛਿਆ, ਜੀ ਇਸਨੇ ਤਾਂ ਕੋਈ ਸੇਵਾ ਕੀਤੀ ਨਹੀਂ ਅਤੇ ਨਾ ਕੋਈ ਸਿਮਰਨ ਕੀਤਾ, ਸੀਗਰ ਇਸ ਨੂੰ ਉਤਾਰ ਦਿੱਤਾ ਹੈ। ਇਹਨੂੰ ਵਪਾਰੀ ਤਤ ਛਿਨ ਪਾਈ, ਕਛ ਚਿਰ ਕਾਲ ਨਾ ਸੇਵ ਕਮਾਈ। ਹਜ਼ੂਰ ਨੇ ਕਿਹਾ, ਭਾਈ ਇਸ ਦੀ ਪੂਰਬਲੇ ਜਨਮ ਦੀ ਕਮਾਈ ਸੀ, ਇਸ ਦੀ ਕਿਰਤ ਸ਼ੁੱਧ ਸੀ ਜਿਸ ਕਰਕੇ ਕਿਰਪਾ ਹੋਈ ਹੈ, ਸ਼ੁੱਧ ਕਿਰਤ ਦੀ ਹੋਮੇ ਸੀ ਜੋ ਇਸਨੇ ਹੁਣ ਤਿਆਗ ਦਿੱਤੀ ਹੈ। ਸ਼ੁੱਧ ਕਿਰਤ ਕਰਨ ਵਾਲੇ ਅਤੇ ਗੁਰੂ ਜੀ ਦੀ ਪ੍ਰਸੰਨਤਾ ਹੈ। ਸਿੱਖ ਨੇ ਹੋਮੇ ਦੀ ਹੋਮੇ ਨੂੰ ਵੀ ਮਾਰਨਾ ਹੈ, ਭਾਵ ਕੋਈ ਵੀ ਗੁਣ ਪੱਲੇ ਹੋਵੇ, ਉਸ ਗੁਣ ਦੀ ਹੋਮੇ ਨਹੀਂ ਆਉਣ ਦੇਣੀ, ਸਦਾ ਪਰਮਾਤਮਾ ਦੀ ਰਜ਼ਾ 'ਚ ਰਹਿਣਾ ਹੈ। ਗੁਰੂ ਦੀ ਸਿੱਖਿਆ ਇਹੋ ਹੀ ਹੈ ਕਿ ਗੁਰਬਾਣੀ ਨਾਲ ਜੁੜ ਕੇ ਭਲੇ ਕੰਮ ਕਰਨੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।